ਇਕੱਠ ਨਾ ਕਰੋ, ਪਲੀਜ਼ ਬੇਨਤੀ ਹੈ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ, ਸਾਰਿਆਂ ਨੂੰ ਦੇ ਕੇ ਜਾਵਾਂਗੇ। ਇਸ ਤੋਂ ਬਾਅਦ ਹੋਰ ਵੀ ਜਿਹੜੀ ਲਿਸਟ ਅਸੀਂ ਬਣਾਈ ਹੋਈ ਆ ਸਾਰਿਆਂ ਨੂੰ ਦੇ ਕੇ ਜਾਵਾਂਗੇ। ਸੋ ਬੇਨਤੀ ਆ ਕਿ ਇਕੱਠ ਨਾ ਕਰੋ, ਧੰਨਵਾਦ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਟਾਲਾ ਪੁਲਿਸ ਦਾ, DSP ਸਾਹਿਬ, SP ਸਾਹਿਬ, ਸਾਰੇ ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਸਾਨੂੰ ਇਸ ਜਿਹੜੀ ਆ ਮਨਜ਼ੂਰੀ ਦਿੱਤੀ ਔਰ ਸਾਡੇ ਨਾਲ ਆਏ ਆ ਇਸ ਹੈਲਪ ਦੇ ਲਈ। ਮੈਂ ਚਾਹੁੰਦਾ ਕਿ ਸਾਰੇ ਹੀ ਜਿੱਦਾਂ ਲੱਗੇ ਹੋਏ ਆ, ਮੈਂ ਪਹਿਲਾਂ 2-3 ਦਿਨ ਪਹਿਲਾਂ ਪੋਸਟ ਪਾਈ ਸੀ ਕਿ ਜਦੋਂ ਵੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿੱਦਾਂ ਪਿੱਛੇ ਜਿਹੇ ਹੜ੍ਹ ਆਏ ਸੀ ਜਾਂ ਪੁਲਵਾਮਾ ਅਟੈਕ ਹੋਇਆ ਸੀ, ਸਾਡੇ ਵੱਲੋਂ ਜੋ ਵੀ ਕੁਛ ਕੀਤਾ ਜਾਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਛ ਨਾ ਕੁਛ ਕੀਤਾ ਜਾਵੇ। ਸੋ ਇੱਕ ਪੋਸਟ ਪਾਉਣ ਦੇ ਨਾਲ ਮਤਲਬ ਇਹ ਹੁੰਦਾ ਕਿ ਸਾਡਾ ਜਿਹੜਾ ਕਲਾਕਾਰਾਂ ਦਾ ਭਾਈਚਾਰਾ ਉਹਦੇ 'ਚ 2-4 ਬੰਦਿਆਂ ਦਾ ਹੋਰ ਉਹਦੇ ਨਾਲ ਮਨੋਬਲ ਵੱਧਦਾ ਕਿ ਯਾਰ ਕੀਤਾ ਜਾਵੇ। ਜਿੱਦਾਂ ਸਾਰੇ ਲੱਗੇ, ਸਰਤਾਜ ਭਾਅ ਜੀ ਲੱਗੇ ਉਹ ਆਪਣੀ ਫਾਊਂਡੇਸ਼ਨ ਵੱਲੋਂ, ਐਵੇਂ ਵਿਰਕੋ ਨਹੀਂ ਲੱਗੇ ਆ, ਗਿੱਪੀ ਭਾਅ ਜੀ ਹੁਣੀ ਲੱਗੇ ਆ, ਤਾਂ ਅਸੀਂ ਵੀ ਸੋਚਿਆ ਕਿ ਆਪਣੇ ਪਿੰਡ, ਆਪਣੇ ਇਲਾਕੇ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇ ਜਿਨ੍ਹਾਂ ਦਾ ਬਿਲਕੁਲ ਮਜ਼ਦੂਰੀ ਦੇ ਸਿਰ 'ਤੇ ਪਰਿਵਾਰ ਚੱਲਦਾ ਸੀ ਔਰ ਡੇਲੀ ਜਿਨ੍ਹਾਂ ਦੀ ਮਜ਼ਦੂਰੀ ਦੇ ਨਾਲ ਉਹਨਾਂ ਦਾ ਰਾਸ਼ਨ ਪਾਣੀ ਆਉਂਦਾ ਸੀ। ਸੋ ਬੇਸਿਕਲੀ ਅਸੀਂ ਉਹ ਕੁਛ ਪਰਿਵਾਰ ਪਿੰਡ ਦੇ ਵਿੱਚ ਕੱਢੇ ਆ, ਕੁਛ ਬਟਾਲੇ ਕੱਢੇ ਆ, ਕੁਛ ਆਸੇ ਪਾਸੇ ਦੇ 2-4 ਪਿੰਡਾਂ ਦੇ ਵਿੱਚ ਕੁਛ ਐਸੇ ਪਰਿਵਾਰ ਆ ਕਿ ਜਿਨ੍ਹਾਂ ਨੂੰ ਬਿਲਕੁਲ ਰਾਸ਼ਨ ਦੀ ਲੋੜ ਆ ਉਹ ਉਸ ਕਰਕੇ। ਤੁਸੀਂ ਸਮਝਦੇ ਕਿ ਬਾਕੀ ਲੋਕਾਂ ਨੂੰ ਐਫਰਟਸ ਕਰਨੇ ਚਾਹੀਦੇ ਆ, ਆਮ ਲੋਕਾਂ ਨੂੰ, ਜਿਵੇਂ ਆਂਢ ਗੁਆਂਢ ਵਿੱਚ ਕਿਸੇ ਕੋਈ ਲੋੜ ਬਣ ਤਾਂ ਤੁਸੀਂ ਮਤ ਖੁਦ ਵੀ ਲੋਕਾਂ ਨੂੰ ਕਰਨਾ। ਨਹੀਂ ਬਿਲਕੁਲ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਆ ਕਿ ਤੁਸੀਂ ਆਪਣੇ ਘਰਾਂ 'ਚ ਰਹੋ, ਕਿਉਂਕਿ ਪ੍ਰਸ਼ਾਸਨ ਇਹਦੇ ਲਈ ਬਹੁਤ ਜ਼ਿਆਦਾ ਹੈਲਪ ਕਰ ਰਿਹਾ। ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਰਾਸ਼ਨ ਸਟੋਰ ਕੀਤਾ ਹੋਇਆ ਕਿ ਜਿਹੜੇ ਲੋਕ ਨਹੀਂ ਕੰਮਕਾਰ, ਜਿਨ੍ਹਾਂ ਦੇ ਠੱਪ ਆ, ਪ੍ਰਸ਼ਾਸਨ ਉਹਨਾਂ ਦੇ ਘਰਾਂ ਤੱਕ ਪਹੁੰਚਾਊਗਾ। ਬੇਸਿਕਲੀ ਜਿਹੜੀ ਬੇਨਤੀ ਇਹ ਆ ਕਿ ਤੁਸੀਂ ਘਰਾਂ 'ਚੋਂ ਬਾਹਰ ਨਾ ਨਿਕਲੋ, ਰਸ਼ ਬਹੁਤਾ ਨਾ ਕਰੋ। ਹੁਣ ਵੀ ਹਾਲ ਦੀ ਘੜੀ ਜਿੰਨੇ ਵੀ ਲੋਕ ਆਏ, ਅਸੀਂ ਸਾਰਿਆਂ ਨੂੰ ਪਹਿਲਾਂ ਸੈਨੀਟਾਈਜ਼ ਦੇ ਕੇ ਫਿਰ ਉਹਨਾਂ ਨੂੰ ਇਹ ਸਾਰਾ ਕੁਝ ਦਿੱਤਾ ਕਿ ਯਾਰ ਤੁਸੀਂ ਆਪਣੀ ਪ੍ਰੀਕੋਸ਼ਨ ਜ਼ਰੂਰ ਲਓ ਔਰ ਇੱਕ ਦੂਜੇ ਦੀ ਹੈਲਪ ਕਰੋ। ਜਿਹੜੇ ਜੱਟ ਜ਼ਿਮੀਂਦਾਰ ਪਰਿਵਾਰ ਆ ਜਿਨ੍ਹਾਂ ਦੇ 10-12 ਕਿੱਲੇ, 2-4 ਕਿੱਲੇ ਜ਼ਮੀਨ ਆ, ਉਹਨਾਂ ਕੋਲ ਕਣਕ ਤਾਂ ਹੋਊਗੀ। ਸੋ ਕੋਸ਼ਿਸ਼ ਕਰੋ ਕਿ ਜਿਹੜੇ ਤੁਹਾਡੇ ਲਾਗੇ ਮਜ਼ਦੂਰ ਜਾਂ ਹੋਰ ਲੋਕ ਆ ਜਿਨ੍ਹਾਂ ਦਾ ਮਜ਼ਦੂਰੀ ਦੇ ਸਿਰ 'ਤੇ ਘਰ ਚੱਲਦਾ, ਉਹਨਾਂ ਨੂੰ 2-2-4 ਕਿੱਲੋ ਕਣਕ ਦਿਓ ਤਾਂ ਕਿ ਉਹਨਾਂ ਦਾ ਭਲਾ ਹੋ ਸਕੇ, ਕਿਉਂਕਿ ਥੋੜ੍ਹਾ ਜਿਹਾ ਲੰਬਾ ਚੱਲੂਗਾ ਟਾਈਮ ਪੀਰੀਅਡ। ਇਹ ਕੋਈ 2-4 ਦਿਨਾਂ ਵਾਲਾ ਕੰਮ ਨਹੀਂ ਹੈਗਾ ਕਿ 2-4 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਊਗਾ। ਸਰ ਹਮ ਦੇਖਣ ਨੂੰ ਮਿਲਦਾ ਕਿ ਲੋਕ ਕਰਫਿਊ ਦੌਰਾਨ ਵੀ ਘਰਾਂ ਚੋਂ ਬਾਹਰ ਨਿਕਲ ਰਹੇ ਹੋ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਉਹਨਾਂ ਨੂੰ ਅਪੀਲ ਪ੍ਰਸ਼ਾਸਨ ਹੈਗਾ ਜੀ, ਕਰ ਰਿਹਾ ਆ। ਸੋ ਤੁਸੀਂ ਆਪਣੀ ਭਲਾਈ ਆ ਜੀ, ਕਿਉਂਕਿ ਤੁਸੀਂ ਇੱਕ ਬੰਦਾ ਵੀ ਬਾਹਰ ਨਿਕਲੂਗਾ ਤੇ ਉਹਦੇ ਨਾਲ ਪਤਾ ਨਹੀਂ ਕਿੰਨੇ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਣਗੇ। ਸੋ ਪਲੀਜ਼ ਤੁਸੀਂ ਆਪਣੇ ਆਪ ਨੂੰ ਬਚਾਅ ਕਰੋ। ਜੇ ਬਹੁਤ ਕੋਈ ਜ਼ਰੂਰੀ ਕੰਮ ਆ ਤਾਂ ਤੁਸੀਂ ਪ੍ਰਸ਼ਾਸਨ ਨੂੰ ਦੱਸ ਕੇ ਜਾ ਸਕਦੇ ਹੋ। ਵੈਸੇ ਇਹ ਨਹੀਂ ਕਿ ਤੁਸੀਂ ਸੜਕਾਂ 'ਚ ਤੁਰੇ ਫਿਰੋ, ਜਾਂ ਹੁਣ ਵੀ ਜਿੱਦਾਂ ਅਸੀਂ ਆਏ ਹਾਂ ਤਾਂ ਅਸੀਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਇੱਥੇ ਆਏ ਹਾਂ, ਇੱਦਾਂ ਨਹੀਂ ਕਿ ਅਸੀਂ ਆਪ ਹੀ ਮੂੰਹ ਚੁੱਕ ਕੇ ਤੁਰੇ ਆਏ ਹਾਂ। ਸੋ ਪਲੀਜ਼ ਤੁਹਾਡੇ ਸਾਰਿਆਂ ਦੀ ਭਲਾਈ ਲਈ ਆ, ਅਸੀਂ ਸਾਰੇ ਹੈਗੇ ਹਾਂ, ਪ੍ਰਸ਼ਾਸਨ ਹੈਗਾ ਆ, ਜਿਹਨੂੰ ਕਿਸੇ ਨੂੰ ਲੋੜ ਆ ਅਸੀਂ ਕਰ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ, ਆਓ ਜੀ।